ਹੈਲੋ एवरीवन ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਨੋਟਸ ਪ੍ਰੋਵਾਈਡ ਕਰਵਾ ਰਹੀਆਂ ਜੀ ਬੀਐਡ ਫਰਸਟ semesters ਦੇ ਸਟੂਡੈਂਟਸ ਨੂੰ ਉਹਨਾਂ ਦਾ ਜੋ ਸਬਜੈਕਟ ਹੈਗਾ ਜੀ ਐਜੂਕੇਸ਼ਨ ਇਨ ਕੰਟੈਂਪੋਰੀ ਇੰਡੀਆ ਉਹਦੇ ਨਾਲ ਸੰਬੰਧਿਤ ਹੈ ਜੀ ਇਹ ਨੋਟਸ ਸੋ ਇਹ ਵਾਲੇ ਜੋ ਨੋਟਸ ਹੈ ਜੀ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿਲੇਬਸ ਦੇ ਅਕੋਰਡਿੰਗ ਹੈ ਜੋ ਵੀ ਸਟੂਡੈਂਟਸ ਬੀਐਡ ਕਰ ਰਹੇ ਆ ਉਹਨਾਂ ਦੇ ਲਈ ਇਹ ਵੀਡੀਓ ਹੈਲਪਫੁਲ ਰਹੇਗੀ ਸੋ ਮੈਂ ਕੰਪਲੀਟ ਜਿਹੜੀ ਆ ਅ ਅੱਜ ਜਿਹੜੀ ਆ ਤੁਹਾਡੇ ਨੋਟਸ ਇਹ ਤੁਹਾਨੂੰ ਕੰਪਲੀਟ ਪ੍ਰੋਵਾਈਡ ਕਰਵਾਵਾਂਗੀ ਜੀ ਟਾਪਿਕ ਹੈਗਾ ਜੀ ਤੁਹਾਡਾ ਜੀ ਸਰਵ ਸਿੱਖਿਆ ਅਭਿਮਾਨ ਐਸ ਐਸ ਏ ਜੋ ਕਿ ਤੁਹਾਡਾ ਟਾਪਿਕ ਹੈ ਜੀ ਯੂਨਿਟ 4th ਦੇ ਵਿੱਚ এডੂਕੇਸ਼ਨ ਇਨ ਕੰਟੈਂਪੋਰੀ ਇੰਡੀਆ ਦੇ ਵਿੱਚ ਟਾਪਿਕ ਹੈਗਾ ਜੀ ਤੁਹਾਡਾ ਬੀ ਯੂਨਿਟ 4th ਦੇ ਵਿੱਚ ਸਰਵ ਸਿੱਖਿਆ ਅਭਿਮਾਨ ਐਸ ਐਸ ਏ ਸੋ ਸਿਰਫ ਤੁਹਾਡੇ ਸਿਲੇਬਸ ਦੇ ਵਿੱਚ ਇਹਨਾਂ ਨੇ ਸਰਵ ਸਿੱਖਿਆ ਅਭਿਮਾਨ ਐਸ ਐਸ ਏ ਹੀ ਦਿੱਤਾ ਹੋਇਆ ਹੈ ਕੋਈ ਵੀ ਇਹਦੇ ਨਾਲ ਰਿਲੇਟਡ ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਸੋ ਇਸ ਦੇ ਲਈ ਸਰ ਸਿੱਖਿਆ ਵਿਭਾਗਾਂ ਦੇ ਬਾਰੇ ਦੇ ਵਿੱਚ ਤੁਹਾਨੂੰ ਪੂਰੀ ਜਿਹੜੀ ਡਿਟੇਲ ਦੇ ਵਿੱਚ ਜਿਹੜੀ ਨੌਲੇਜ ਆ ਉਹ ਹੋਣੀ ਚਾਹੀਦੀ ਹੈ ਕੁਝ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਸੋ ਇਹਨਾਂ ਦੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਸੀਂ YouTube ਚੈਨਲ ਤੇ ਤੁਹਾਨੂੰ ਜਿਹੜੇ ਨੋਟਸ BEd ਦੇ ਨਾਲ ਸੰਬੰਧਿਤ ਪ੍ਰੋਵਾਈਡ ਕਰਵਾਏ ਜਾਂਦੇ ਨੇ BEd ਦੇ ਨੋਟਸ ਦੇ ਤੋਂ ਇਲਾਵਾ ਤੁਹਾਨੂੰ ਪ੍ਰੈਕਟੀਕਲ ਫਾਈਲਜ਼ ਵੀ ਤੁਹਾਨੂੰ ਪਰੋਵਾਈਡ ਕਰਵਾਈਆਂ ਜਾਂਦੀਆਂ ਨੇ ਵੀ ਸੈਂਪਲਸ ਪੂਰੀ ਡਿਟੇਲ ਦੇ ਵਿੱਚ ਮੈਂ ਪੂਰਾ ਸਿਲੇਬਸ ਤੁਹਾਨੂੰ ਇਹਦੇ ਵਿੱਚ ਜਿਹੜਾ ਕਵਰ ਕਰਵਾਇਆ ਹੋਇਆ ਪ੍ਰੈਕਟੀਕਲ ਫਾਈਲਸ ਦੇ ਨਾਲ ਸੰਬੰਧਿਤ ਕੁਐਸਚਨ ਪੇਪਰਸ ਦੇ ਨਾਲ ਸੰਬੰਧਿਤ ਵੀਡੀਓਜ਼ ਆਲਰੇਡੀ ਜਿਹੜੀਆਂ ਨੇ ਅਪਲੋਡ ਕੀਤੀਆਂ ਹੋਈਆਂ ਨੇ ਸੋ ਬਹੁਤ ਸਾਰੀਆਂ ਵੀਡੀਓਜ਼ ਤੁਹਾਨੂੰ ਜਿਹੜੀਆਂ ਨੇ ਬੀਐਡ ਫਰਸਟ ਸਮੈਸਟਰ ਦੇ ਨਾਲ ਸੰਬੰਧਿਤ ਮਿਲ ਜਾਣਗੀਆਂ ਸੋ ਜ਼ਰੂਰ ਤੁਸੀਂ ਵੀਡੀਓਜ਼ ਨੂੰ ਦੇਖੋ ਤੁਹਾਡੇ ਲਈ ਜ਼ਰੂਰ ਹੈਲਪਫੁਲ ਰਹਿਣਗੀਆਂ ਸੋ ਅਲੱਗ ਤੋਂ ਹਰ ਇੱਕ ਦੀ ਜਿਹੜੀ ਆ ਪਲੇਲਿਸਟ ਹੈ ਉਹ ਬਣੀ ਹੋਈ ਹੈ ਜ਼ਰੂਰ ਉਹਨਾਂ ਵੀਡੀਓਜ਼ ਨੂੰ ਦੇਖੋ ਜਾ ਕੇ ਪਲੇਲਿਸਟ ਦੇ ਵਿੱਚ ਸੋ ਕਾਫੀ ਸੌਖਾ ਹੋ ਜਾਂਦਾ ਪਲੇਲਿਸਟ ਦੇ ਵਿੱਚੋਂ ਵੀਡੀਓਜ਼ ਨੂੰ ਫਾਈਂਡ ਆਊਟ ਨਹੀਂ ਜ਼ਿਆਦਾ ਕਰਨਾ ਪੈਂਦਾ ਸੋ ਅਲੱਗ ਤੋਂ ਜਿਹੜੀਆਂ ਪਲੇਲਿਸਟ ਬਣੀ ਹੋਈ ਜ਼ਰੂਰ ਦੇਖੋ ਤੇ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਸੋ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਜੀ ਆਪਾਂ ਕਰਦੇ ਹਾਂ ਜੀ ਕਵਰ ਇਹਦੇ ਵਿੱਚ ਆਪਾਂ ਕਵਰ ਕਰਾਂਗੇ ਸਰਵ ਸਿੱਖਿਆ ਅਭਿਮਾਨ ਦਾ ਅਰਥ ਕੀ ਹੈ ਉਹ ਠੀਕ ਹੈ। ਅਭਿਮਾਨ ਦੇ ਬਾਰੇ ਦੇ ਵਿੱਚ ਪੜਾਂਗੇ ਸਲਬ ਸਿੱਖਿਆ ਅਭਿਮਾਨ ਐਸਐਸ ਦੇ ਬਾਰੇ ਦੇ ਵਿੱਚ ਪੜਾਂਗੇ ਜਾਂ ਇਹਦਾ ਭਾਰਤ ਦੇ ਵਿੱਚ ਜਿਹੜੀ ਸਿੱਖਿਆ ਹੁੰਦੇ ਤੇ ਕੀ ਜਿਹੜਾ ਪ੍ਰਭਾਵ ਪਿਆ ਵਾ ਤੇ ਨਾਲ ਹੁੰਦੀਆਂ ਕੁਝ ਜਿਹੜੀਆਂ ਆਪਾਂ ਐਗਜ਼ਾਮਪਲ ਵੀ ਆਪਾਂ ਕਰਾਂਗੇ ਠੀਕ ਹੈ ਇਹਦੇ ਦੇ ਸਕਾਰਾਤਮਕ ਪ੍ਰਭਾਵ ਦੀ ਆਪਾਂ ਗੱਲ ਕਰਨੀ ਹੈ ਕਿਹੜਾ ਵੀ ਕਿਹੜਾ ਸਕਾਰਾਤਮਕ ਪ੍ਰਭਾਵ ਸਿੱਖਿਆ ਤੇ ਇਹਦਾ ਪਿਆ ਸੋ ਮੈਂ ਆਪਣੇ ਹਰ ਇੱਕ ਨੋਟਸ ਦੇ ਵਿੱਚ ਦੱਸਦੀ ਹਾਂ ਕਿ ਤੁਸੀਂ ਕਿਵੇਂ ਆਪਣਾ ਜਿਹੜਾ ਪੈਟਰਨ ਹੈ ਰੱਖਣਾ ਹੈ ਕਿਵੇਂ ਤੁਸੀਂ ਆਪਣੇ ਅਨਸਰ ਹੈ ਉਹ ਲਿਖਨੇ ਆ ਤੋ ਸਭ ਤੋਂ ਪਹਿਲਾਂ ਜੀ ਤੁਸੀਂ ਇੰਟਰੋਡਕਸ਼ਨ ਲਿਖਣੀ ਹੁੰਦੀ ਹੈ ਇੰਟਰੋਡਕਸ਼ਨ ਤੁਹਾਡੀ ਹਰ ਇੱਕ ਆਪਣੇ ਅਨਸਰ ਦੇ ਵਿੱਚ ਲਿਖਣੀ ਹੈ ਕੋਈ ਵੀ ਤੁਹਾਨੂੰ ਜਿਹੜਾ ਕੁਐਸਚਨ ਇਹ ਪੁੱਛਿਆ ਜਾਂਦਾ ਇੰਟਰੋਡਕਸ਼ਨ ਲਿਖੋ ਡੈਫੀਨੇਸ਼ਨਸ ਲਿਖੋ ਆਪਣੇ ਅਨਸਰ ਦੇ ਵਿੱਚ ਮੀਨਿੰਗ ਲਿਖੋ ਕੋਈ ਡਾਇਗਰਾਮ ਬਣਾ ਦਿਓ ਇੱਕ ਦੋ ਡਾਇਗਰਾਮ ਬਣਾ ਦਿਓ ਤੁਹਾਡੇ ਅਨਸਰ ਦੇ ਨਾਲ ਨਾਲ ਰਿਲੇਟਡ ਹੀ ਹੋਣੀ ਚਾਹੀਦੀ ਹੈ ਡਾਇਗਰਾਮ ਇਹ ਨਾ ਹੋਵੇ ਤੁਸੀਂ ਕੋਈ ਹੋਰ ਹੀ ਡਾਇਗਰਾਮ ਬਣਾ ਰਹੇ ਹੋ ਸੋ ਤੁਹਾਡੇ ਕੋਲਵਸਚਨ ਤੁਹਾਡੇ ਕੁਐਸਚਨ ਦੇ ਨਾਲ ਹੀ ਸੰਬੰਧਿਤ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜੋ ਵੀ ਤੁਹਾਨੂੰ ਪੁੱਛਿਆ ਗਿਆ ਹੈ ਤੁਹਾਡੇ ਕੁਐਸਚਨ ਦੇ ਵਿੱਚ ਤੁਸੀਂ ਉਹਦਾ ਆਨਸਰ ਦੋਗੇ ਤਾਂ ਉਸ ਤੋਂ ਬਾਅਦ ਤੁਸੀਂ ਕਨਕਲੂਜਨ ਲਿਖੋਗੇ ਸਿੱਟਾ ਲਿਖੋਗੇ ਫਾਈਨਲ ਥੌਟ ਲਿਖੋਗੇ ਤੇ ਤੁਹਾਡਾ ਜਿਹੜਾ ਆਨਸਰ ਹੈ ਉਹ ਕੰਪਲੀਟ ਹੋ ਜਾਵੇਗਾ ਤੇ ਤੁਹਾਡੀ ਜਿਹੜੀ ਲਿਖਾਈ ਹੈ ਹੈਂਡ ਰਾਈਟਿੰਗ ਹੈ ਉਹ ਬਹੁਤ ਹੀ ਜਿਆਦੀ ਜਿਹੜੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਫਿਰ ਹੀ ਤੁਸੀਂ ਫੁੱਲ ਮਾਰਕਸ ਆ 8 ਮਾਰਕਸ ਆ ਤੁਸੀਂ ਕੈਰੀ ਕਰ ਸਕਦੇ ਹੋ ਸੋ ਸਟਾਰਟ ਕਰਦੇ ਆ ਜੀ ਆਪਾਂ ਸਰਵ ਸਿੱਖਿਆ ਅਭਿਆਨ ਤੇ ਨੋਟਸ ਤੇ ਵੀਡੀਓਜ਼ ਫਰਸਟ ਆਗੇ ਜੀ ਇੰਟਰੋਡਕਸ਼ਨ ਇਹਦੇ ਵਿੱਚ ਰਹੂਗਾ ਜੀ ਕੀ ਸਰਵ ਸਿੱਖਿਆ ਅਭਿਆਨ ਦੀਆਂ ਵਿਵਸਥਾਵਾਂ ਦਾ ਭਾਰਤ ਵਿੱਚ ਮੁੱਢਲੀ ਸਿੱਖਿਆ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਜੀ ਹਾਂ ਪੈਂਦਾ ਹੈ ਸੋ ਤੁਹਾਨੂੰ ਇੱਕ ਜਿਹੜਾ ਕੁਐਸਚਨ ਸੀਗਾ ਉਹ ਇਸ ਕੁਐਸਚਨ ਤੇ ਤਿਆਰ ਕੀਤੇ ਗਏ ਸੀ ਇਹ ਨੋਟਸ ਕੀ ਕੀ ਸਰਵ ਸਿੱਖਿਆ ਅਭਿਆਨ ਤੇ ਦਾ ਭਾਰਤੀ ਮੁੱਢਲੀ ਸਿੱਖਿਆ ਦੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਤਾਂ हां ਆਪਾਂ ਕਹਿਣਾ ਹੈ ਹਾਂਜੀ ਪੈਂਦਾ ਕਿਉਂਕਿ ਕਦੇ ਵੀ ਆਪਾਂ 네ਗੇਟਿਵ ਚੀਜ਼ ਲੈ ਕੇ ਨਹੀਂ ਚੱਲਣੀ ਆਪਦੇ ਅਨਸਰ ਦੇ ਵਿੱਚ ਹਮੇਸ਼ਾ ਪੋਜ਼ਿਟਿਵ ਹੀ ਤੁਸੀਂ ਲਿਖਣਾ ਹੈ ਜੋ ਕਨਕਲੂਜਨ ਹੁੰਦਾ ਤੁਹਾਡਾ ਉਹ ਵੀ ਹਮੇਸ਼ਾ ਪੋਜ਼ਿਟਿਵ ਹੀ ਹੁੰਦਾ ਹੈ ਸੋ ਸਕਾਰਾਤਮਕ ਪ੍ਰਭਾਵ ਪਿਆਏ ਹਾਂਜੀ ਪਿਆਏ ਠੀਕ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਸੋ ਕੋਈ ਵੀ ਸ਼ੱਕ ਵੀ ਨਹੀਂ ਹੈ ਇਹਨ ਦੇ ਵਿੱਚ ਸਰਵ ਸਿੱਖਿਆ ਅਭਿਆਨ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਜਿਹੜਾ ਉਹ ਇੰਡੀਆ ਦੇ ਵਿੱਚ ਮੁੱਢਲੀ ਸਿੱਖਿਆ ਤੇ ਪਿਆ ਹੈ ਸਰਵ ਸਿੱਖਿਆ ਅਭਿਆਨ ਨੇ ਸਿੱਖਿਆ ਦੇ ਖੇਤਰ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਸੋ ਸਰਵ ਸਿੱਖਿਆ ਅਭਿਆਨ ਨੇ ਉਹਨੇ ਬਹੁਤ ਜ਼ਿਆਦੀ ਜਿਹੜੀ ਭੂਮਿਕਾ ਸਿੱਖਿਆ ਦੇ ਖੇਤਰ ਦੇ ਵਿੱਚ ਨਿਭਾਈ ਹੈ ਸਿੱਖਿਆ ਦੇ ਸਰਵ ਵਿਆਪੀਕਰਨ ਦਾ ਦੂਜਾ ਨਾਂ ਸਰਵ ਸਿੱਖਿਆ ਅਭਿਆਨ ਹੈ ਸਿੱਖਿਆ ਦੇ ਸਰਵ ਵਿਆਪੀਕਰਨ ਆਪਾਂ ਜਿੰਨੂੰ ਕਹਿਆ ਜਾਂਦੇ ਹੁੰਦਾ ਜਿਹੜਾ ਇੱਕ ਦੂਸਰੇ ਨਾਂ ਦੀ ਗੱਲ ਕਰੀਏ ਤਾਂ ਉਹ ਸਰਵ ਸਿੱਖਿਆ ਅਭਿਆਨ ਹੈ ਇਹ ਅਭਿਆਨ ਐਲੀਮੈਂਟਰੀ ਸਿੱਖਿਆ ਦੇ ਸਰਵ ਵਿਆਪੀ ਕਰਨ ਲਈ ਸ਼ੁਰੂ ਹੋਇਆ ਸੀ ਜੋ ਇਹ ਵਾਲਾ ਅਭਿਆਨ ਸੀਗਾ ਸਵ ਸਿੱਖਿਆ ਅਭਿਆਨ ਇਹ ਐਲੀਮੈਂਟਰੀ ਜੋ ਹੁੰਦੀ ਆ ਜੋ ਹੇਠਲਾ ਜੋ ਪ੍ਰਾਇਮਰੀ ਸਕੂਲ ਹੁੰਦਾ ਐ ਐਲੀਮੈਂਟਰੀ ਉਹਨਦੇ ਦੇ ਲਈ ਜਿਹੜਾ ਇਹਨੂੰ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਸੋ ਐਲੀਮੈਂਟਰੀ ਜੋ ਹੁੰਦੇ ਨੇ ਜੋ ਸਕੂਲ ਹੁੰਦੇ ਨੇ ਸੋ ਉਹਨਾਂ ਦੇ ਉਹਨਾਂ ਸਿੱਖਿਆ ਦੇ ਸਰਵ ਵਿਆਪਿਕਲ ਨੇ ਸ਼ੁਰੂ ਕੀਤਾ ਸ਼ੁਰੂ ਹੋਇਆ ਸੀਗਾ ਧਾਰਾ 45 ਅਨੁਸਾਰ 6 ਤੋਂ 14 ਸਾਲ ਦੇ ਤੱਕ ਦੀ ਉਮਰ ਦੇ ਸਭ ਬੱਚਿਆਂ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਦਿੱਤੀ ਜਾਵੇਗੀ ਸੋ ਆਰਟੀਕਲ ਸੀ ਜੋ 45 ਸੀ ਉਹਦੇ ਅਕੋਰਡਿੰਗ ਇਹ ਪ੍ਰੋਵੀਜ਼ਨ ਕੀਤੀ ਗਈ ਸੀ ਕਿ 6 ਤੋਂ 14 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਮੁਫਤ ਤੇ ਜਿਹੜੀ ਮੁੱਢਲੀ ਜਿਹੜੀ ਸਿੱਖਿਆ ਉਹ ਪ੍ਰਦਾਨ ਕੀਤੀ ਜਾਵੇਗੀ ਲਾਜ਼ਮੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਸੰਵਿਧਾਨ ਦੀ 93 ਸੋਧ ਕਰਕੇ ਐਲੀਮੈਂਟਰੀ ਸਿੱਖਿਆ ਨੂੰ ਬੱਚਿਆਂ ਦਾ ਬੁਨਿਆਦੀ ਅਨੰਕਾਰ ਬਣਾ ਦਿੱਤਾ ਗਿਆ ਸੀ ਇਸ ਸੋਧ ਦੇ ਕਾਰਨ ਐਲੀਮੈਂਟਰੀ ਸਿੱਖਿਆ ਦਾ ਤੇਜ਼ੀ ਨਾਲ ਵਿਕਾਸ ਹੋਣਾ ਸ਼ੁਰੂ ਹੋ ਗਿਆ। ਸੰਵਿਧਾਨ ਦੀ ਜੀ ਧਾਰਾ ਸੀ 93 ਇਹਦੇ ਵਿੱਚ ਸੋਧ ਕਰਕੇ ਇਹਨਾਂ ਨੇ ਐਲੀਮੈਂਟਰੀ ਸਿੱਖਿਆ ਨੂੰ ਜਿਹੜੀ ਸੀ ਬੱਚਿਆਂ ਦਾ ਬੁਨਿਆਦੀ ਅਧਿਕਾਰ ਬਣਾ ਦਿੱਤਾ ਗਿਆ ਸੀਗਾ। ਇਸ ਸੋਧ ਦੇ ਕਾਰਨ ਜਿਹੜੀ ਸੀ ਐਲੀਮੈਂਟਰੀ ਸਿੱਖਿਆ ਸੀ ਉਹਦਾ ਤੇਜ਼ੀ ਨਾਲ ਵਿਕਾਸ ਹੋਣਾ ਸ਼ੁਰੂ ਹੋ ਗਿਆ ਸੀਗਾ। ਉਸ ਤੋਂ ਅੱਗੇ ਆ ਗਿਆ ਜੀ ਡਿਟੇਲ ਔਨ ਸਰਵ ਸਿੱਖਿਆ ਡਿਟੇਲ ਨੋਟ ਔਨ ਸਰਵ ਸਿੱਖਿਆ ਅਭਿਆਨ। ਸਰਵ ਸਿੱਖਿਆ ਅਭਿਮਾਨ ਇੱਕ ਸਮਾਬਧ ਪ੍ਰੋਗਰਾਮ ਸੀ ਇਸ ਦੇ ਅਨੁਸਾਰ ਸਨ 2010 ਤੱਕ ਭਾਰਤ ਦੇਸ਼ ਦੇ ਸਾਰੇ ਬੱਚਿਆਂ ਨੂੰ 8 ਸਾਲ ਦੀ ਮੁਫਤ ਤੇ ਲਾਜ਼ਮੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਸੀ 8 ਸਾਲ ਮਤਲਬ 1 ਤੋਂ ਲੈ ਕੇ 8 ਤੱਕ ਜਿਹੜੀ ਮੁਫਤ ਤੇ ਜਿਹੜੀ ਲਾਜ਼ਮੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਦਿੱਤੀ ਜਾਣੀ ਸੀ 2010 ਤੱਕ ਇੱਕ ਸਮਾਬਧ ਪ੍ਰੋਗਰਾਮ ਸੀ ਇਹਦਾ ਟਾਈਮ ਸੀ ਉਹ ਵੀ ਨਿਰਧਾਰਤ ਕੀਤਾ ਗਿਆ ਸੀਗਾ ਇਸ ਦੇ ਅਨੁਸਾਰ ਸਨ 2010 ਤੱਕ ਭਾਰਤ ਦੇ ਸਾਰੇ ਬੱਚਿਆਂ ਨੂੰ 8 ਸਾਲ ਦੀ ਮੁਫਤ ਤੇ ਲਾਜ਼ਮੀ ਸਿੱਖਿਆ ਦਿੱਤੀ ਜਾਣੀ ਸੀ। ਤੇ ਤਰਮੀ ਅਤੇ 74ਵੀਂ ਸੰਵਿਧਾਨਿਕ ਸੋਧ ਵਿੱਚ ਇਹ ਕਿਹਾ ਗਿਆ ਕਿ ਸਰਕਾਰ ਆਰਥਿਕ ਅਤੇ ਸਮਾਜਿਕ ਪੱਧਰ ਤੇ ਲੋਕਾਂ ਨੂੰ ਇਨਸਾਫ ਦੇਵੇ। ਸਰਵ ਸਿੱਖਿਆ ਅਭਿਆਨ ਨੂੰ ਕਾਮਯਾਬ ਬਣਾਉਣ ਲਈ ਆਰਥਿਕ ਪੱਧਰ ਤੇ ਉਚਿਤ ਸਹਾਇਤਾ ਮਿਲੀ। ਇਹ ਸਰਵ ਸਿੱਖਿਆ ਅਭਿਆਨ ਰਾਜ ਸਰਕਾਰਾਂ ਨੂੰ ਆਪਣੀ ਮਰਜ਼ੀ ਅਨੁਸਾਰ ਐਲੀਮੈਂਟਰੀ ਪੱਧਰ ਤੇ ਸਿੱਖਿਆ ਦੀ ਆਪਣੀ ਦ੍ਰਿਸ਼ਟੀ ਵਿਕਸਿਤ ਕਰਨ ਦੀ ਖੁੱਲ੍ਹ ਦਿੰਦਾ ਹੈ। ਸੋ so, 73 ਤੇ 74 ਦੇ ਵਿੱਚ ਸਵਿਧਾਨਿਕ ਅਮੈਂਡਮੈਂਟ ਕੀਤੀ ਗਈ ਸੀ ਆਪਣੀ ਕਨਸਟੀਟਿਊਸ਼ਨ ਦੇ ਵਿੱਚ ਆਪਣੇ ਸਵਿਧਾਨ ਦੇ ਵਿੱਚ ਸੋਧ ਕੀਤੀ ਗਈ ਸੀ ਤੇ ਉਹਨਾਂ ਦੇ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਆਰਥਿਕ ਅਰ ਸਮਾਜਿਕ ਪੱਧਰ ਦੇ ਲੋਕਾਂ ਨੂੰ ਇਨਸਾਫ ਦੇਵੇ ਠੀਕ ਹੈ ਸੋ ਜਦੋਂ ਉਹਨਾਂ ਨੇ ਅਮੈਂਡਮੈਂਟ ਕਰਕੇ ਇਹਨੂੰ ਇਸ ਸਟੇਟਮੈਂਟ ਨੂੰ ਜਾਰੀ ਕੀਤਾ ਤਾਂ ਉਸ ਤੋਂ ਬਾਅਦ ਜਿਹੜਾ ਸਰਵ ਸਿੱਖਿਆ ਵਿਭਾਗ ਸੀ ਉਹਨੂੰ ਕਾਮਯਾਬ ਬਣਾਉਣ ਦੇ ਵਿੱਚ ਬਹੁਤ ਜ਼ਿਆਦੀ ਜਿਹੜੀ ਸਹਿਤਾ ਸੀ ਉਹ ਕਨਸਟੀਟਿਊਸ਼ਨ ਦੇ ਵੱਲੋਂ ਮਿਲੀ ਤੇ ਰਾਜ ਸਰਕਾਰ ਆਪਣੀ ਮਰਜ਼ੀ ਦੇ ਨਾਲ ਜਿਹੜੀ ਹੈ ਉਹ ਐਲੀਮੈਂਟਰੀ ਪੱਧਰ ਤੇ ਸਿੱਖਿਆ ਦੇ ਵਿੱਚ ਸੁਧਾਰ ਕਰਨ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਕਰਨ ਕੋਸ਼ਿਸ਼ਾਂ ਕਰਨ ਲੱਗ ਪਈ ਤੇ ਇਹਦੇ ਨਾਲ ਜਿਹੜਿਆ ਸਿੱਖਿਆ ਦਾ ਪੱਧਰ ਸੀ ਉਹ ਬਹੁਤ ਜ਼ਿਆਦਾ ਜਿਹੜਾ ਉੱਚਾ ਹੋ ਗਿਆ ਸੀਗਾ ਠੀਕ ਆ ਉਸ ਤੋਂ ਅੱਗੇ ਆ ਗਿਆ ਵਿਸ਼ੇਸ਼ਤਾਵਾਂ ਕੀ ਸੀਗੀਆਂ ਸਰਵ ਸਿੱਖਿਆ ਵਿਆਹ ਦੀਆਂ ਇਹ ਸਮਾਵਾਦ ਪ੍ਰੋਗਰਾਮ ਸੀ ਇਹਦੇ ਲਈ ਟਾਈਮ ਜਿਹੜਾ ਸੀ ਉਹਨਾਂ ਆਧਾਰਤ ਕੀਤਾ ਗਿਆ ਸੀ ਐਲੀਮੈਂਟਰੀ ਸਿੱਖਿਆ ਦਾ ਸਰਵ ਵਿਆਪੀਕਰਨ ਕਰਨਾ ਸੀ ਐਲੀਮੈਂਟਰੀ ਸਿੱਖਿਆ ਜਿਹੜੀ ਸਭ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਕਰਨਾ ਸੀ ਮਿਆਰੀ ਸਿੱਖਿਆ ਸੀ ਸਮਾਜਿਕ ਨਿਆਂ ਸੀ ਕਿਸੇ ਦੇ ਨਾਲ ਕੋਈ ਵੀ ਭੇਦਭਾਵ ਵਿਤਕਰਾ ਨਹੀਂ ਕੀਤਾ ਜਾਵੇਗਾ ਸਮਾਜਿਕ ਨਿਆਂ ਦੇ ਨਾਲ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਕੌਮੀ ਏਕਤਾ ਕਾਇਮ ਕਰਨ ਦੀ ਇਹਦੇ ਨਾਲ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਸਿੱਖਿਆ ਦੇ ਰਾਹੀਂ ਕੇਂਦਰਾਂ ਤੇ ਰਾਜਾਂ ਦਾ ਸੰਯੋਗ ਵੀ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਕੇਂਦਰ ਤੇ ਰਾਜਾਂ ਦਾ ਸੰਯੋਗ ਵੀ ਇਹਦੇ ਵਿੱਚ ਜ਼ਰੂਰੀ ਆ ਫੇਰ ਹੀ ਜਿਹੜੀ ਹੈ ਸਰਵ ਸਿੱਖਿਆ ਅਭਿਆਨ ਇਹਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਇਹਨੂੰ ਜਿਹੜਾ ਲਾਗੂ ਕੀਤਾ ਜਾ ਸਕਦਾ ਸੋ ਰਾਜ ਸਰਕਾਰਾਂ ਤੇ ਕੇਂਦਰ ਸਰਕਾਰਾਂ ਦੇ ਜਿਹੜਾ ਸੰਯੋਗ ਵੀ ਇਹਦੇ ਵਿੱਚ ਸੀ ਸਥਾਨਕ ਸੰਸਥਾਵਾਂ ਦੀ ਪ੍ਰਭਾਵਸ਼ਾਲੀ ਭਾਗੀਦਾਰੀ ਵੀ ਇਹਦੇ ਵਿੱਚ ਸ਼ਾਮਲ ਸੀ ਸੋ ਸਥਾਨਕ ਸੰਸਥਾਵਾਂ ਨੇ ਵੀ ਇਹਦੇ ਵਿੱਚ ਜਿਹੜੀ ਆਪਣੀ ਭੂਮਿਕਾ ਉਹ ਨਿਭਾਈ ਸੀ ਤਾਂ ਨਿਭੋਣੀ ਸੀ ਰਾਜਾਂ ਦੀ ਆਪਣੀ ਦ੍ਰਿਸ਼ਟੀ ਦਾ ਵਿਕਾਸ ਸੋ ਰਾਜਾਂ ਦੀ ਆਪਣੀ ਦ੍ਰਿਸ਼ਟੀ ਦੇ ਨਾਲ ਵੀ ਜਿਹੜਾ ਸੀਗਾ ਸਿੱਖਿਆ ਦਾ ਜਿਹੜਾ ਵਿਕਾਸ ਹੈ ਉਹ ਕੀਤਾ ਸੀ ਇਹਨਾਂ ਨੂੰ ਕਿਉਂਕਿ ਰਾਜ ਸਰਕਾਰਾਂ ਨੂੰ ਵੀ ਜਿਹੜੀ ਖੁੱਲ ਮਿਲ ਗਈ ਸੀ ਕਿਉਂਕਿ ਅਮੈਂਡਮੈਂਟ ਕਰ ਦਿੱਤੀ ਗਈ ਸੀ 73 ਤੇ 74 ਦੇ ਵਿੱਚ ਸੰਵਿਧਾਨ ਦੇ ਵਿੱਚ ਸੋ ਇਹਦੇ ਨਾਲ ਰਾਜ ਸਰਕਾਰਾਂ ਨੂੰ ਵੀ ਆਪਣੀ ਦ੍ਰਿਸ਼ਟੀ ਦੇ ਨਾਲ ਜਿਹੜੀ ਸੀ ਸਿੱਖਿਆ ਜਿਹੜੀ ਵਿਕਾਸ ਕਰਨ ਦੀ ਜਿਹੜੀ ਖੁੱਲ ਮਿਲ ਗਈ ਸੀਗੀ ਉਸ ਤੋਂ ਕੀ ਆ ਗਿਆ ਜੀ ਸਰਵ ਸਿੱਖਿਆ ਅਭਿਮਾਨ ਦਾ ਸਕਾਰਾਤਮਕ ਪ੍ਰਭਾਵ ਅਤੇ ਉਦਾਹਰਣ ਕੀ ਪ੍ਰਭਾਵ ਪਿਆ ਸੀ ਸਰਵ ਸਿੱਖਿਆ ਅਭਿਆਨ ਦਾ ਮੁਕਤ ਸਿੱਖਿਆ ਫਰਸਟ ਇਸ ਦੇ ਨਾਲ ਬੱਚਿਆਂ ਨੂੰ ਮੁਕਤ ਸਿੱਖਿਆ ਮਿਲਦੀ ਹੈ ਜਿਹੜੇ ਬੱਚੇ ਨਹੀਂ ਪੜ ਸਕਦੇ ਕਿਉਂਕਿ ਉਹਨਾਂ ਦੇ ਘਰ ਦੀ ਹਾਲਤ ਮਾੜੀ ਹੈ ਉਹ ਬੱਚੇ ਵੀ ਹੁਣ ਸਿੱਖਿਆ ਪ੍ਰਾਪਤ ਕਰ ਸਕਦੇ ਸਨ ਸੋ ਸਿੱਖਿਆ ਨੂੰ ਮੁਕਤ ਕਰ ਦਿੱਤਾ ਗਿਆ ਸੋ ਸਾਰੇ ਬੱਚੇ ਹੀ ਜਿਹੜੇ ਹੁਣ ਸਿੱਖਿਆ ਪ੍ਰਾਪਤ ਕਰ ਸਕਦੇ ਸੀ ਜੋ ਕਿ ਆਰਥਿਕ ਜਿਹੜੀ ਰੁਕਾਵਟ ਸੀ ਉਹਨੂੰ ਜਿਹੜਾ ਦੂਰ ਕਰਨ ਦੀ ਇਹਦੇ ਵਿੱਚ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਸੀ ਸੋ ਸਾਰੇ ਬੱਚਿਆਂ ਦੇ ਲਈ ਜਿਹੜੀ ਸਿੱਖਿਆ ਸੀ ਉਹ ਜ਼ਰੂਰੀ ਤੇ ਮੁਕਤ ਕਰ ਦਿੱਤੀ ਗਈ ਸੀ ਐਗਜ਼ਾਮਪਲ ਹੈ ਜੋ ਮਾਤਾ ਪਿਤਾ ਆਪਣੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚਲਾਉਂਦੇ ਹਨ ਉਹਨਾਂ ਲਈ ਆਪਣੇ ਬੱਚਿਆਂ ਨੂੰ ਪੜਾਉਣਾ ਮੁਸ਼ਕਲ ਹੁੰਦਾ ਹੈ ਉਹ ਸੋਚਦੇ ਵੀ ਨਹੀਂ ਹਨ ਪਰ ਮੁਫਤ ਸਿੱਖਿਆ ਦੇ ਘਰ ਨੂੰ ਆਪਣੇ ਬੱਚੇ ਨੂੰ ਪੜਾ ਸਕਦੇ ਆ ਸੋ ਬੱਚੇ ਜੋ ਮਾਤਾ ਪਿਤਾ ਬਹੁਤ ਹੀ ਜ਼ਿਆਦਾ ਜਿਹੜਾ ਆਪਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੜਾਉਂਦੇ ਆ ਉਹ ਬੱਚੇ ਨੂੰ ਪੜਾਉਣਾ ਤਾਂ ਦੂਰ ਦੀ ਗੱਲ ਉਹ ਸੋਚਦੇ ਵੀ ਨਹੀਂ ਕਿ ਜੀ ਸਿੱਖਾ ਲਈਏ ਬੱਚੇ ਨੂੰ ਸੋ ਉਹਨਾਂ ਬੱਚਿਆਂ ਦੇ ਲਈ ਉਹਨਾਂ ਮਾਪਿਆਂ ਦੇ ਲਈ ਬਹੁਤ ਹੀ ਵੱਡੀ ਜਿਹੜੀ ਸਹੂਲਤ ਸਰਕਾਰ ਨੇ ਦਿੱਤੀ ਸੀ ਤੇ ਬੱਚਿਆਂ ਨੂੰ ਬਿਲਕੁਲ ਜਿਹੜੀ ਸਿੱਖਿਆ ਸੀ ਉਹ ਮੁਫਤ ਕਰ ਦਿੱਤੀ ਗਈ ਸੀ ਤੇ ਬੱਚੇ ਜਿਹੜੇ ਸੀਗੇ ਉਹ ਪੜ ਸਕਦੇ ਸਨ ਮਿਡ-ਡੇ ਮੀਲ ਪ੍ਰੋਗਰਾਮ ਇਸ ਵਿੱਚ ਬੱਚਿਆਂ ਨੂੰ ਖਾਣ ਲਈ ਭੋਜਨ ਦਿੱਤਾ ਜਾਂਦਾ ਹੈ ਮਾਤਾ-ਪਿਤਾ ਬੱਚੇ ਨੂੰ ਬੇਫਿਕਰ ਹੋ ਕੇ ਸਕੂਲ ਭੇਜ ਸਕਦੇ ਆ ਸੋ ਮਿਡ-ਡੇ ਮੀਲ ਪ੍ਰੋਗਰਾਮ ਵੀ ਇਹਦੇ ਵਿੱਚ ਨਾਲ ਜਿਹੜਾ ਜਾਰੀ ਕੀਤਾ ਗਿਆ ਸੀ ਤਾਂ ਇਹਦੇ ਨਾਲ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਭੋਜਨ ਦਿੱਤਾ ਜਾਂਦਾ ਸੀ ਪੜਾਈ ਦੇ ਨਾਲ ਨਾਲ ਉਹਨਾਂ ਦੀ ਸਿਹਤ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਸੀ ਉਹਨਾਂ ਨੂੰ ਸਰੀਰਕ ਪੱਖੋਂ ਵੀ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤੇ ਜਿਹੜੇ ਮਾਤਾ-ਪਿਤਾ ਸੀ ਉਹ ਵੀ ਜਿਹੜੇ ਬੇਫਿਕਰ ਹੋ ਕੇ ਬੱਚਿਆਂ ਨੂੰ ਜਿਹੜੇ ਸਕੂਲ ਆ ਉਹ ਭੇਜਦੇ ਸੀਗੇ ਤੇ एग्जांपल ਦੀ ਗੱਲ ਕਰੀਏ ਤਾਂ ਗਰੀਬ ਮਾਦਾ ਪਿਤਾ ਤਾਂ ਆਪਣੇ ਬੱਚੇ ਨੂੰ ਪੇਟ ਪਰ ਭੋਜਨ ਵੀ ਨਹੀਂ ਦੇ ਪਾਉਂਦੇ ਪਰ ਸਰਵ ਸਿੱਖਿਆ ਵਿਭਾਗ ਬੱਚੇ ਨੂੰ ਪੋਸਟਿਕ ਭੋਜਨ ਦਿੰਦਾ ਇਸ ਨਾਲ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ ਸੋ ਮਿਡ-ਡੇ ਮੀਲ ਪ੍ਰੋਗਰਾਮ ਨੇ ਵੀ ਬਹੁਤ ਜ਼ਿਆਦਾ ਜਿਹੜੀ अहम ਭੂਮਿਕਾ ਜਿਹੜੀ ਆਪਦੀ ਨਬਾਈਆ ਸਿੱਖਿਆ ਦੇ ਖੇਤਰ ਦੇ ਵਿੱਚ ਕਿਉਂਕਿ ਆਪਦੀਆਂ ਜਿਹੜੀਆਂ ਢਿੱਡ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ ਜਿਹੜੇ ਛੋਟੇ-ਛੋਟੇ ਬੱਚੇ ਉਹਨਾਂ ਨੂੰ ਸਕੂਲ ਭੇਜਣ ਦੀ ਬਚਾਏ ਮਾਪਿਓ ਆਪਣੇ ਨਾਲ ਕੰਮਾਂ ਤੇ ਲਗਾ ਰਹਿੰਦੀ ਹੈ ਤਾਂ ਜੋ ਉਹਨਾਂ ਦਾ ਢਿੱਡ ਦੀ ਜਿਹੜੀ ਭੁੱਖ ਹੈ ਉਹਨੂੰ ਜਿਹੜਾ ਭਾ ਸਕਣ ਸੋ ਵੀ ਕੰਮ ਕਰਨ ਨਾਲ ਸਾਡੇ ਸੋ ਇਹਦੇ ਨਾਲ ਕੀ ਹੋਇਆ ਮਿਡ-ਡੇ ਮੀਲ ਦੇ ਨਾਲ ਤੇ ਮੁੱਖ ਸਿੱਖਿਆ ਦੇ ਨਾਲ ਕੀ ਹੋਇਆ ਕਿ ਵਿਦਿਆਰਥੀ ਜਿਹੜੇ ਸਕੂਲਾਂ ਦੇ ਵਿੱਚ ਐਂਟਰ ਹੋ ਗਏ ਤੇ ਉਹ ਬਿਲਕੁਲ ਜਿਹੜੀ ਮੁਕਤ ਜਿਹੜੀ ਸਿੱਖਿਆ ਪ੍ਰਾਪਤ ਕਰਨ ਲੱਗੇ ਤੇ ਨਾਲ ਉਹਨਾਂ ਨੂੰ ਜਿਹੜਾ ਇੱਕ ਪੋਸਟਿਕ ਜਿਹੜਾ ਭੋਜਨ ਹੈ ਉਹ ਵੀ ਜਿਹੜਾ ਸਰਕਾਰ ਦੇ ਵੱਲੋਂ ਜਿਹੜਾ ਦਿੱਤਾ ਜਾਣ ਲੱਗ ਪਿਆ। ਸੋ ਉਹਨਾਂ ਦੀ ਸਿਹਤ ਦੇ ਵਿੱਚ ਵੀ ਜਿਹੜਾ ਸੁਧਾਰ ਹੈ ਉਹ ਵੀ ਹੋਇਆ। ਪ੍ਰਾਇਮਰੀ ਸਿੱਖਿਆ ਵਿੱਤ ਕਰਿਆ ਨੂੰ ਖਤਮ ਕਰਨ ਵਿੱਚ ਸਹਾਇਕ ਉਹ ਪ੍ਰਾਇਮਰੀ ਸਿੱਖਿਆ ਸੀ ਉਹ ਵਿੱਤ ਕਰਿਆ ਨੂੰ ਖਤਮ ਕਰਨ ਵਿੱਚ ਸਹਾਇਕ ਸੀਗੀ। ਪ੍ਰਾਇਮਰੀ ਸਿੱਖਿਆ ਜਾਂ ਮੁੱਢਲੀ ਸਿੱਖਿਆ ਕਿਸੇ ਨਾਲ ਵੀ ਲਿੰਗਿਕ ਜਾਂ ਜਾਤਪਾਤ ਦੇ ਆਧਾਰ ਤੇ ਵਿਤਕਰੇ ਨਹੀਂ ਕਰਦੀ ਸੋ ਸਭ ਨੂੰ ਸਮਾਨ ਅਫਸਰ ਪ੍ਰਦਾਨ ਕਰਦੀ ਹੈ ਸੋ ਜਿਹੜੀ ਪ੍ਰਾਇਮਰੀ ਜਿਹੜੀ ਸਿੱਖਿਆ ਸੇ ਉਹਦੇ ਵਿੱਚ ਵਿਤਕਰਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦਿੱਤਾ ਹੈ ਸਿਗਾ ਇਹ ਨਹੀਂ ਹੈਗਾ ਸਿਗਾ ਕਿ ਸਿਰਫ ਕੁਝ ਵਿਸ਼ੇਸ਼ ਕਾਸਟ ਦੇ ਲੋਕ ਹੀ ਜਿਹੜੇ ਇਹਦੇ ਵਿੱਚ ਸਿੱਖਿਆ ਪ੍ਰਾਪਤ ਕਰ ਸਕਦੇ ਹਾਂ ਸਜਾ ਸਿਰਫ ਜਾ ਸਿਰਫ ਲੜਕੇ ਹੀ ਜਿਹੜੇ ਸਿੱਖਿਆ ਪ੍ਰਾਪਤ ਕਰ ਸਕਦੇ ਨਹੀਂ ਜਾ ਸਿਰਫ ਆਸ ਧਰਮ ਦੇ ਲੋਕ ਹੀ ਸਿੱਖਿਆ ਪ੍ਰਾਪਤ ਕਰਦੇ ਸਕਦੇ ਨਹੀਂ ਅਜੇ ਨਹੀਂ ਸੀ ਸਕੂਲ ਜਿਹੜੇ ਆ ਉਹ ਸਭ ਧਰਮਾਂ ਦੇ ਲਈ ਸਭ ਜਾਤ ਦੇ ਲੋਕਾਂ ਦੇ ਲਈ ਸਭ ਲੋਕਾਂ ਦੇ ਲਈ ਅਮੀਰ ਗਰੀਬ ਸਭ ਤੇ ਲਈ ਉਹ ਖੁੱਲੇ ਨੇ ਸੋ ਕਿਸੇ ਵੀ ਆਧਾਰ ਤੇ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਭੇਤ ਪਾਵਿਆ ਵਿਤ ਕਰਾ ਉਹ ਨਹੀਂ ਕੀਤਾ ਜਾਂਦਾ ਸਕੂਲਾਂ ਦੇ ਵਿੱਚ ਸੋ ਸਾਨੂੰ ਕਰਨਾ ਵੀ ਨਹੀਂ ਚਾਹੀਦਾ ਇਹ ਬਹੁਤ ਹੀ ਜੜੀ ਹੈ ਕਿਉਂਕਿ ਸਭ ਜਿਹੜੇ ਆ ਇੱਕ ਹੀ ਪਰਮਾਤਮਾ ਦੁਆਰਾ ਪੈਦਾ ਕੀਤੇ ਹੋਏ ਨੇ ਸੋ ਇਹੋ ਜੀਆਂ ਕੋਈ ਵੀ ਆਪਣੇ ਵਿੱਚ ਜੰਦਰ ਜਿਹੜੀਆਂ ਭਾਵਨਾਵੇਂ ਉਹ ਲੈ ਕੇ ਨਹੀਂ ਆਉਣੀਆਂ ਚਾਹੀਦੀਆਂ ਸੋ ਸਭ ਨਾਲ ਜਿਹੜਾ ਸਮਾਨ ਜਿਹੜਾ ਬਿਹੇਵੀਅਰ ਹੈ ਉਹ ਕਰਨਾ ਚਾਹੀਦਾ ਤੇ ਸਭ ਨੂੰ ਜਿਹੜੀ ਹੈ ਸਮਾਨ ਜਿਹੜੀ ਹੈ ਸਿੱਖਿਆ ਜਿਹੜੀ ਹੈ ਸਕੂਲਾਂ ਦੇ ਵਿੱਚ ਉਹ ਦਿੱਤੀ ਜਾਂਦੀ ਹੈ ਸੋ ਐਗਜ਼ਾਮਪਲ ਹੈ ਜੀ ਕਈ ਮਾਤਾ ਪਿਤਾ ਆਪਣੀਆਂ ਲੜਕੀਆਂ ਨੂੰ ਸਿੱਖਿਆ ਨਹੀਂ ਦਿੰਦੇ ਸਨ ਇੱਕ ਤਾਂ ਲੜਕੀ ਨੂੰ ਵਿਆਹ ਦਾ ਫਿਕਰ ਦੂਸਰਾ ਪੜ੍ਹਾਈ ਦਾ ਖਰਚਾ ਪਰ ਸਰ ਸਿੱਖਿਆ ਅਭਿਆਨ ਦੇ ਕਾਰਨ ਮੁਕ ਸਿੱਖਿਆ ਦੇ ਰਹੇ ਹਨ ਸੋ ਪ੍ਰਾਇਮਰੀ ਸਿੱਖਿਆ ਵਿੱਚ ਵਿੱਤ ਕਰਿਆ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਸੋ ਲੜਕੀਆਂ ਦੀ ਜਿਹੜੀ ਹੈ ਸਿੱਖਿਆ ਉਹਦੇ ਨਾਲ ਲੜਕੀ ਸਿੱਕੇ ਲਈ ਵੀ ਸਿੱਖਿਆ ਪ੍ਰਾਪਤ ਕਰ ਕਰ پا ਰਹੀਆਂ ਨੇ ਕਿਉਂਕਿ ਉਸ ਤੋਂ ਜੋ ਮਾਪੇ ਜਿਹੜੇ ਸਿਰਫ ਆਪਣੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਪੜਾਉਂਦੇ ਆ ਉਹਨਾਂ ਨੂੰ ਸਿਰਫ ਬੱਚੇ ਦੀ ਲੜਕੀ ਦੇ ਵਿਆਹਨ ਦਾ ਬਹੁਤ ਜ਼ਿਆਦਾ ਫਿਕਰ ਹੁੰਦਾ ਤੇ ਨਾਲ ਹੀ ਹੁੰਦਾ ਜਿਹੜੇ ਪੜ੍ਹਾਈ ਦਾ ਖਰਚਾ ਉਹ ਨਹੀਂ ਚੱਕ ਪੁੰਦੇ ਪਰ ਸਿਰਫ ਸਿੱਖਿਆ ਵਿਮਾਨ ਦੇ ਨਾਲ ਉਹ ਮੁੱਖ ਸਿੱਖਿਆ ਜਿਹੜੀ ਹੈ ਲੜਕੀਆਂ ਨੂੰ ਜਿਹੜੀ ਪ੍ਰੋਵਾਈਡ ਆ ਉਹ ਕਰਵਾ پا ਰਹੇ ਨੇ ਸੋ ਜਿਹੜੇ ਵਿਤਕਰੇ ਨੇ ਜਿਹੜੀਆਂ ਰੁਕਾਵਟਾਂ ਨੇ ਉਹਨਾਂ ਨੂੰ ਜਿਹੜਾ ਦੂਰ ਸਿਰਫ ਸਿੱਖਿਆ ਵਿਮਾਨ ਦੇ ਦੁਆਰਾ ਕੀਤਾ ਗਿਆ ਹੈ ਅਦੇ ਆਪਕਾ ਹਮਲਾ ਧਿਆਨ ਸਰਵ ਸਿੱਖਿਆ ਅਭਿਆਨ ਅਭਿਆਨ ਦੇ ਕਾਰਨ ਅਧਿਆਪਕਾਂ ਵੱਲ ਵੀ ਖਾਸ ਧਿਆਨ ਦਿੱਤਾ ਗਿਆ ਹੈ ਜੋ ਕਿ ਅਧਿਆਪਕੀ ਬੱਚਿਆਂ ਦੀ ਸਹੀ ਗਵਾਈ ਕਰ ਸਕਦੇ ਹਨ ਸੋ ਅਧਿਆਪਕਾਂ ਵੱਲ ਵੀ ਸਰਵ ਸਿੱਖਿਆ ਅਭਿਆਨ ਨੇ ਬਹੁਤ ਧਿਆਨ ਦਿੱਤਾ ਕਿਉਂਕਿ ਬੱਚੇ ਫਿਰ ਹੀ ਸਹੀ ਤਰੀਕੇ ਦੇ ਨਾਲ ਪੜ੍ਹ ਸਕਦੇ ਨੇ ਸਿੱਖਿਆ ਪ੍ਰਾਪਤ ਕਰ ਸਕਦੇ ਨੇ ਜੇਕਰ ਅਧਿਆਪਕ ਵਧੀਆ ਉਹਨਾਂ ਨੂੰ ਮਿਲਣਗੇ ਇਸੇ ਕਰਕੇ ਜਿਹੜੇ ਆ ਜੋਗ ਜਿਹੜੇ ਅਧਿਆਪਕ ਹੈ ਉਹ ਜਿਹੜੇ ਪ੍ਰੋਵਾਈਡ ਜਿਹੜੇ ਸਕੂਲਾਂ ਦੇ ਵਿੱਚ ਕਰਵਾਉਣ ਦੀ ਕੋਸ਼ਿਸ਼ ਸਰਕਾਰ ਦੇ ਦੁਆਰਾ ਕੀਤੀ ਗਈ ਹੈ ਜਾਂਦੀ ਹੈ ਤਾਂ ਜੋ ਬੱਚਿਆਂ ਦੀ ਔੜੀ ਸਹੀ ਅਗਵਾਈ ਜਿਹੜੇ ਆ ਉਹ ਕਰ ਅਧਿਆਪਕ ਬੱਚਿਆਂ ਦੀ ਸਹੀ ਅਗਵਾਈ ਕਰ ਸਕਣ ਐਗਜ਼ਾਮਪਲ ਮੁੱਖ ਸੇਖਿਆ ਦਾ ਹੋਣਾ ਹੀ ਕਾਫੀ ਨਹੀਂ ਸਿੱਖਿਆ ਦੇਣ ਲਈ ਅਧਿਆਪਕਾ ਦਾ ਹੋਣਾ ਵੀ ਜ਼ਰੂਰੀ ਹੈ ਇਸ ਕਮੀ ਨੂੰ ਦੂਰ ਕੀਤਾ ਗਿਆ ਨਵੇਂ ਸਕੂਲਾਂ ਦੀ ਸਥਾਪਨਾ SSA ਦੇ ਕਾਰਨ SSA ਦੇ ਮਤਲਬ ਸਰਵ ਸਿੱਖਿਆ ਵਿਮਾਰ। SSA ਦੇ ਕਾਰਨ ਨਵੇਂ ਸਕੂਲਾਂ ਦੀ ਸਥਾਪਨਾ ਕੀਤੀ ਗਈ। ਅਭਿਆਨ ਵਿੱਚ ਵਿਵਸਥਾ ਕੀਤੀ ਗਈ ਕਿ ਜਿੱਥੇ ਵੀ ਐਲੀਮੈਂਟਰੀ ਸਕੂਲ ਖੋਲ੍ਹਨੇ ਸੰਭਵ ਨਹੀਂ ਹੋथे ਐਜੂਕੇਸ਼ਨ ਗਰੰਟੀ ਸਕੀਮ ਦੇ ਅੰਦਰ ਸਥਾਪਿਤ ਕੀਤੇ ਜਾਣ ਤਾਂ ਜੋ ਬੱਚੇ ਮੁਫਤ ਸਿੱਖਿਆ ਪ੍ਰਾਪਤ ਕਰ ਸਕਣ। ਸੋ ਨਵੇਂ ਸਕੂਲਾਂ ਦੀ ਸਥਾਪਨਾ ਵੀ ਕੀਤੀ ਗਈ ਤੇ ਨਾਲ ਦੀ ਨਾਲ ਇਹ ਵੀ ਉਹਨਾਂ ਨੇ ਕਿਹਾ ਕਿ ਜਿੱਥੇ ਸਕੂਲ ਖੋਲ੍ਹਨੇ ਸੰਭਵ ਨਹੀਂ ਆ ਨਹੀਂ ਖੋਲ ਸਕਦੇ ਆਪਾਂ ਸਕੂਲ ਜਿੰਨਾ ਥਾਵਾਂ ਤੇ ਉਥੇ ਜਿਹੜਾ এডਿਕੇਸ਼ਨ ਗਰੰਟੀ ਸਕੀਮ ਕੇ ਅੰਦਰ ਸਥਾਪਿਤ ਕੀਤੇ ਜਾਣ ਕੀ ਸਥਾਪਿਤ ਕੀਤੇ ਜਾਣ এডਿਕੇਸ਼ਨ ਗਰੰਟੀ ਸਕੀਮਸ ਕੇ ਅੰਦਰ ਤਾਂ ਜੋ ਉਥੇ ਜਿਹੜੇ ਬੱਚਿਆਂ ਨੂੰ ਮੁਕਤ ਜਿਹੜੀ ਸਿੱਖਿਆ ਹੈ ਜਿਹੜੀ ਹੈ ਪ੍ਰਾਪਤ ਬੱਚੇ ਕਰ ਸਕਣ ਸੋ ਬਹੁਤ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਰਵ ਸਿੱਖਿਆ ਅਭਿਆਨ ਕਿ ਸਾਰੇ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕੀਤੀ ਦਿੱਤੀ ਜਾਵੇਗੀ 6 ਤੋਂ 14 ਸਾਲ ਦੇ ਬੱਚਿਆਂ ਨੂੰ ਸੋ ਕੋਈ ਵੀ ਬੱਚਾ ਜਿਹੜਾ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਸੋ ਇਹ ਟਾਰਗੇਟ ਲੈ ਕੇ ਜਿਹੜੇ ਝੱਲੇ ਸੀਗੀ ਸਰਕਾਰ ਮੁਰਲੀ ਸਿੱਖਿਆ ਪ੍ਰਤੀ ਲੋਕ ਜਾਗਰੂਕ ਹੋਏ ਆਸਾਸੇ ਦੇ ਕਾਰਨ ਲੋਕ ਸਿੱਖਿਆ ਦੇਣ ਲੱਗੇ ਸਿੱਖਿਆ ਦੇ ਲੈਣ ਲੱਗ ਪਏ ਆਪਣੇ ਬੱਚਿਆਂ ਨੂੰ ਅਤੇ ਸਿੱਖਿਆ ਦੀ ਲੋੜ ਉਹਨਾਂ ਨੂੰ ਪਤਾ ਚੱਲ ਸਕੇ ਸੋ ਐਸੇ ਐਸੇ ਦੇ ਕਾਰਨ ਕਿ ਹੋਇਆ ਕਿ ਲੋਕ ਜਿਹੜੇ ਸਿੱਖਿਆ ਆਪਣੇ ਬੱਚਿਆਂ ਨੂੰ ਪ੍ਰੋਵਾਈਡ ਕਰਵਾਉਣ ਲੱਗ ਪਏ ਤੇ ਖੁਦ ਵੀ ਸਿੱਖਿਆ ਅਸਲ ਕਰ ਲੱਗ ਪਏ ਤਾਂ ਇਹਦੇ ਨਾਲ ਕੀ ਹੋਇਆ ਕਿ ਉਹਨਾਂ ਨੂੰ ਜਿਹੜੀ ਸਿੱਖਿਆ ਦੀ ਲੋੜ ਸੀ ਉਹਦੀ ਜਿਹੜੀ ਅਹਿਮੀਅਤ ਪਤਾ ਲੱਗਣੀ ਸ਼ੁਰੂ ਹੋ ਗਈ ਤੇ ਅੱਜ ਦੇ ਟਾਈਮ ਦੇ ਆਪਾਂ ਜਿਹੜੀ ਗੱਲ ਕਰੀਏ ਤਾਂ ਬਹੁਤ سارے ਜਿਹੜੇ ਬੱਚੇ ਨੇ ਉਹ ਆਪਣੇ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੇ ਵਿੱਚ ਜਿਹੜੀ ਸਿੱਖਿਆ ਉਹ ਪ੍ਰਾਪਤ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਜਿਹੜੀ ਮੁਫਤ ਜਿਹੜੀ ਸਿੱਖਿਆ ਉਹ ਦਿੱਤੀ ਜਾ ਰਹੀ ਹੈ ਤੇ ਮਿੱਡੇ ਮੀਲ ਉਹਨਾਂ ਨੂੰ ਦਿੱਤਾ ਜਾ ਰਿਹਾ ਸੋ ਪੜਾਈ ਦੇ ਨਾਲ ਨਾਲ ਉਹਨਾਂ ਦੀ ਸਿੱਖਿਆ ਦਾ ਵੀ ਪੂਰਾ ਜਿਹੜਾ جا ਰਹੀ ਆ ਤੇ ਉਹਨਾਂ ਨੂੰ ਜਿਹੜੀ এডਿਕੇਸ਼ਨ ਦਿੱਤੀ ਜਾ ਰਹੀ ਆ ਸੋ ਉਹ ਜਿਹੜੀ ਆਪਣੀ ਜਿਹੜੀ ਸਟੱਡੀ ਆ ਉਹ ਨੂੰ ਜਿਹੜਾ ਕੰਪਲੀਟ ਕਰ پا ਰਹੇ ਐ ਐਗਜ਼ਾਮਪਲ ਜਦੋਂ ਇੱਕ ਬੱਚਾ ਸਿੱਖਿਆ ਨਾਲ ਚੰਗੀਆਂ ਦੇ ਸਿਆਣੀਆਂ ਗੱਲਾਂ ਕਰਨ ਲੱਗ ਜਾਂਦਾ ਹੈ ਤਾਂ ਮਾਤਾ ਪਿਤਾ ਜੋ ਕਿ ਅਨਪੜ ਹੁੰਦੇ ਹਨ ਉਹਨਾਂ ਨੂੰ ਇੰਨੀ ਸੂਝਾ ਨਹੀਂ ਹੁੰਦੀ ਕਿ ਉਹ ਪੜਾਉਂਦੀ ਅਹਿਮੀਅਤ ਨੂੰ ਸਮਝਣ ਲੱਗ ਜਾਂਦੇ ਹਨ ਸੋ ਜਦੋਂ ਵੀ ਕੋਈ ਬੱਚਾ ਸਕੂਲੋਂ ਕੋਈ ਨਵੀਆਂ ਗੱਲਾਂ ਸਿੱਖ ਕੇ ਜਾਂਦਾ ਹੈ ਸਿਆਣੀਆਂ ਗੱਲਾਂ ਕਰਨ ਲੱਗ ਜਾਂਦਾ ਹੈ ਤਾਂ ਮਾਤਾ ਪਿਤਾ ਨੂੰ ਜਾ ਕੇ ਜਦੋਂ ਆਪਣੀਆਂ ਗੱਲਾਂ ਦਸਣਾਉਂਦਾ ਹੈ ਤਾਂ ਉਹ ਅਨਪੜ ਹੁੰਦੇ ਆ ਤਾਂ ਉਹਨਾਂ ਨੂੰ ਜਿਹੜੀ ਕੋਈ ਜਿਹੜੀ ਸੂਝਾ ਨਹੀਂ ਹੁੰਦੀ ਪਰ ਬੱਚੇ ਨੂੰ ਸੂਝਾ ਹੁੰਦੀ ਹੈ ਕੋਈ ਵੀ ਕੰਮ ਕਰਨਾ ਹੈ ਤਾਂ ਮਾਤਾ ਪਿਤਾ ਨੂੰ ਤਾਂ ਪਤਾ ਨਹੀਂ ਹੁੰਦਾ ਕੰਮ ਕਿਵੇਂ ਕਰਨਾ ਪਰ ਬੱਚਾ ਜਿਹੜੇ ਸਿੱਖਿਆ ਦੇ ਨਾਲ ਉਹ ਚੀਜ਼ਾਂ ਨੂੰ ਸਮਝਦਾ ਤੇ ਉਹ ਕੰਮ ਨੂੰ ਕਰ ਦਿੰਦਾ ਤਾਂ ਫਿਰ ਮਾਤਾ ਪਿਤਾ ਨੂੰ ਵੀ ਪੜਾਉਣ ਦੀ ਤੇ ਦੀ ਆਮੀਅਤਾ ਉਹਨਾਂ ਨੂੰ ਪਤਾ ਚੱਲਦੀ ਹੈ ਉਹਨਾਂ ਨੂੰ ਜਿਹੜੀ ਸਮਝ ਆ ਉਹ ਆਉਣੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਹਨਾਂ ਨੂੰ ਲੱਗਦਾ ਕਿ ਸਾਡਾ ਬੱਚਾ ਇਹਨਾਂ ਜਿਹੜਾ ਕੰਮਾਂ ਨੂੰ ਕਰਨ ਲੱਗਿਆ ਹੈ ਸਿਰਫ ਜਿਹੜਾ ਪੜ੍ਹਾਈ ਦੇ ਨਾਲ ਹੀ ਜਿਹੜਾ ਸੰਭਵ ਹੋ ਪਾਇਆ ਸੋ ਬੱਚੇ ਜਿਹੜੇ ਸਿੱਖਿਆ ਪ੍ਰਾਪਤ ਕਰ ਸਕਿਆ ਉਸ ਤੋਂ ਅੱਗੇ ਆ ਗਿਆ ਜੀ ਕਨਕਲੂਜਨ ਸੋ ਸਰਬ ਸਿੱਖਿਆ ਅਭਿਆਨ ਨੇ ਭਾਰਤ ਵਿੱਚ ਮੁੱਢਲੀ ਸਿੱਖਿਆ ਦੇ ਆਪਣੇ ਬਹੁਤ ਹੀ ਸਕਾਰਾਤਮਕ ਪ੍ਰਭਾਵ ਪਾਏ ਹਨ ਇਸ ਦੇ ਕਾਰਨ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣ ਲੱਗ ਪਏ ਕਿਉਂਕਿ ਪੜ੍ਹਾਈ ਬੁਖਤ ਅਤੇ ਲਾਜਬੀ ਹੋ ਗਈ ਅਮੀਰ ਲੋਕ ਤਾਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਸਨ ਪਰ ਗਰੀਬ ਲੋਕਾਂ ਲਈ ਮੁਸ਼ਕਲ ਸੀ ਐਸਐਸਏ ਗਰੀਬ ਲੋਕਾਂ ਦੇ ਬੱਚਿਆਂ ਲਈ ਵਰਦਾਨ ਸਿੱਧ ਹੋਇਆ ਹੈ ਸੋ ਅਮੀਰਾ ਜੋ ਲੋਕ ਹੋਣਾਂ ਤੋਂ ਕੋਈ ਫਰਕ ਹੀ ਨਹੀਂ ਪੈਂਦਾ ਉਹ ਤਾਂ ਪਰਾਸਾ ਕਦਿੰਨੇ ਕਿਤੇ ਵੀ ਪੜਾ ਸਕਦੇ ਨਹੀਂ ਬਟ ਉਹ ਲੋਕ ਜੋ ਆਪਣੀਆਂ ਮੁਢਲੀਆਂ ਜਿਹੜੀਆਂ ਲੋੜਾਂ ਨਹੀਂ ਉਹਨਾਂ ਨੂੰ ਬਹੁਤ ਮੁਸ਼ਕਲ ਦੇ ਨਾਲ ਪੂਰਾ ਕਰ ਰਹੇ ਨੇ ਸੋ ਉਹਨਾਂ ਦੇ ਲਈ ਸਰਕਾਰ ਦੀ ਇਹ ਜਿਹੜੀ ਸਕੀਮ ਸੀ ਇਹ ਬਹੁਤ ਹੀ ਜ਼ਿਆਦੀ ਜਿਹੜੀ ਲਾਹੇਵੰਦ ਸਾਬਤ ਹੋਈ ਇਹ ਇੱਕ ਪ੍ਰਕਾਰ ਦੀ ਵਰਦਾਨ ਹੀ ਸੇ ਦੋਗੀ ਬਹੁਤ ਸਾਰੇ ਬੱਚੇ ਅੱਜ ਜਾ ਕੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਮੁਫਤ ਜਿਹੜੀ ਸਿੱਖਿਆ ਉਹ ਪ੍ਰਾਪਤ ਕਰ ਰਹੇ ਨੇ ਨਾਲ ਦੀ ਨਾਲ ਉਹਨਾਂ ਨੂੰ ਮਿਡ-ਡੇ ਮੀਲ ਮਿਲ ਰਿਹਾ ਤੇ ਬਹੁਤ ਸਾਰੇ 6 ਤੋਂ 14 ਸਾਲ ਦੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਦਾਖਲ ਹੋਣੇ ਜਿਹੜੇ ਸ਼ੁਰੂ ਹੋਗੇ ਅੱਜ ਬਹੁਤ سارے ਬੱਚੇ ਜਿਹੜੇ ਉਹ ਸਿੱਖਿਆ ਤੋਂ ਵਾਂਝੇ ਨੇ ਸੋ ਸਰਕਾਰ ਹੌਲੀ ਸਰਕਾਰ ਜਿਹੜੀ ਕੋਸ਼ਿਸ਼ ਉਹਨਾਂ ਦੀ ਜਿਹੜੀ ਲਗਾਤਾਰ ਕਰ ਰਹੀ ਹੈ ਸੋ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਜਿਹੜਾ ਸਕੂਲ ਭੇਜਿਆ ਜਾਵੇ ਕਿਉਂਕਿ ਹਰ ਬੱਚਾ ਨੂੰ ਦਾ ਜਿਹੜਾ ਅਧਿਕਾਰ ਹੈ ਕਿ ਉਹ ਸਿੱਖਿਆ ਨੂੰ ਜਿਹੜਾ ਹੈ ਪ੍ਰਾਪਤ ਕਰੇ ਸੋ ਸਰਕਾਰ ਦੀ ਉਹਦੇ ਲਈ ਜਿਹੜੀ ਕੋਸ਼ਿਸ਼ ਸੀਗੀ ਸੋ ਸਰਵ ਸਿੱਖਿਆ ਅਭਿਆਨ ਦਾ ਬਹੁਤ ਸਾਰਾ ਜਿਹੜਾ ਪ੍ਰਭਾਵ ਹੈ ਉਹ ਪਿਆ ਹੈ ਇਸਕਾਰਤਮਕ ਪ੍ਰਵਾਪਿਆ ਦਾ ਬਹੁਤ ਸਾਰੇ ਜਿਹੜੇ ਬੱਚਿਓ ਸਿੱਖਿਆ ਜਿਹੜੀ ਪ੍ਰਾਪਤ ਕਰ ਰਹੇ ਨੇ ਤੇ ਉਹਨਾਂ ਨੂੰ ਸਿੱਖਿਆ ਦੀ ਜਿਹੜੀ ਐਮੀਅਤ ਹੈ ਉਹ ਪਤਾ ਲੱਗ ਚੁੱਕੀ ਹੈ ਸੋ ਸਰ ਸਰ ਸਿੱਖਿਆ ਅਭਿਆਨ ਦੇ ਨਾਲ ਪੇਪਰ ਦੇ ਵਿੱਚ ਤੁਹਾਨੂੰ ਕੋਈ ਵੀ ਕੁਐਸਚਨ ਪੁੱਛਿਆ ਜਾ ਸਕਦਾ ਮੋਲਡ ਕਰਕੇ ਸੋ ਤੁਹਾਨੂੰ ਸਰ ਸਰ ਸਿੱਖਿਆ ਅਭਿਆਨ ਦੇ ਬਾਰੇ ਦੇ ਵਿੱਚ ਪੂਰੀ ਨੌਲੇਜ ਹੋਣੀ ਚਾਹੀਦੀ ਹੈ ਜੇਕਰ ਤੁਹਾਨੂੰ ਨੌਲੇਜ ਹੋਵੇਗੀ ਤਾਂ ਫੇਰ ਹੀ ਤੁਸੀਂ ਆਪਣਾ ਜਿਹੜਾ ਸਹੀ ਆਨਸਰ ਹੈ ਉਹ ਲਿਖ ਸਕੋਗੇ ਸੋ ਕਿਵੇਂ ਮੋਲਡ ਕਰਕੇ ਕੁਐਸਚਨ ਆਜੇ ਜੇਕਰ ਤੁਹਾਨੂੰ ਸਰ ਸਿੱਖਿਆ ਅਭਿਆਨ ਦੇ ਬਾਰੇ ਦੇ ਵਿੱਚ ਪਤਾ ਹੈ ਤਾਂ ਤੁਸੀਂ ਆਨਸਰ ਲਿਖ ਪਾਉਗੇ ਸੋ ਇਹ ਸੀਗੇ ਜੀ ਤੁਹਾਡੇ ਕੰਪਲੀਟ ਨੋਟਸ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪਸ ਦੇ ਵਿੱਚ ਦੇ ਨਾਲ ਦੀ ਨਾਲ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਸੋ ਹੋਰ ਵੀ ਵੀਡੀਓਜ਼ ਮੈਂ ਤੁਹਾਡੇ ਲਈ ਜ਼ਰੂਰ ਅਪਲੋਡ ਕਰਾਂਗੀ ਥੈਂਕਸ ਫॉर ਵਾਚਿੰਗ